ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਧਰਮਪ੍ਰੀਤ ਜਵੰਦਾ ਅਤੇ ਸਵਾਗਤ ਕਰਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਅਤੇ ਅਕਸਰ ਤੁਸੀਂ ਬਰਨਾਲੇ ਤੋਂ ਰੈਕੋਟ ਨੂੰ ਜਾਂਦੇ ਹੋਵੋਗੇ। ਰਾਸਤੇ ਦੇ ਵਿੱਚ ਜਲਾਲ ਦੀਵਾਲ ਪਿੰਡ ਆਉਂਦਾ ਆ, ਉੱਤੋਂ ਥੋੜ੍ਹਾ ਜਿਹਾ ਪਿੱਛੇ ਵੱਡੀ ਸੜਕ ਦੇ ਉੱਤੇ ਬੋਰਡ ਲੱਗਿਆ ਹੋਇਆ ਤੁਸੀਂ ਦੇਖਿਆ ਹੋਊਗਾ, ਟੱਲਾ ਮਾਣਕ ਦਾ, ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਜੀ ਦਾ ਟੱਲਾ। ਅਤੇ ਅੱਜ ਮੈਂ ਲੰਘਿਆ ਜਾਂਦਾ ਸੀਗਾ, ਮੈਂ ਕਿਹਾ ਵੀ ਆਪਾਂ ਜਾ ਕੇ ਉੱਥੇ ਵੀਡੀਓ ਬਣਾ ਕੇ ਆਉਂਦੇ ਹਾਂ, ਵੀ ਆਪਾਂ ਵੀ ਦਰਸ਼ਨ ਕਰਕੇ ਆਉਂਦੇ ਹਾਂ, ਦੇਖ ਕੇ ਆਉਂਦੇ ਹਾਂ ਵੀ ਕਿੱਦਾਂ ਦਾ ਬਣਿਆ ਹੋਇਆ। ਪਰ ਇੱਥੇ ਆਏ ਸੀ ਟੱਲੇ 'ਤੇ, ਅਤੇ ਇੱਥੇ ਆ ਕੇ ਇੱਕ ਚੀਜ਼ ਨੂੰ ਨਿਰਾਸਾ ਹੋਈ ਵੀ ਇੱਥੇ ਲੌਕ ਲੱਗਿਆ ਹੋਇਆ ਹੈਗਾ। ਠੀਕ ਆ, ਮੇਰੇ ਵਾਂਗੂ ਹੋਰ ਵੀ ਬਹੁਤ ਜਾਣੇ ਆਏ ਹੋਣਗੇ ਇੱਥੇ, ਅਤੇ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਜੀ ਦਾ ਟੱਲਾ ਦੇਖਣ। ਕਿਉਂ ਅੱਜ ਤੋਂ ਨਹੀਂ ਪਤਾ ਵੀ ਮੈਂ ਕਿੰਨਾ ਕੁ ਛੋਟੇ ਹੁੰਦੇ ਤੋਂ ਲੈ ਕੇ ਅੱਜ ਤੱਕ ਉਹਨਾਂ ਦੇ ਗਾਣੇ ਮੈਂ ਬਹੁਤ ਸੁਣੇ ਨੇ, ਚਾਦਰ ਕੱਢਦੀ, ਹੋਰ ਕਾਫੀ ਗਾਣੇ ਸੀ ਜਿਹੜੇ ਬਹੁਤ ਸਾਰਿਆਂ ਨੂੰ ਪਤਾ ਹੀ ਹੈ। ਪਰ ਇੱਕ ਚੀਜ਼ ਦੀ ਇੱਥੇ ਨਿਰਾਸਾ ਹੋਈ ਵੀ ਇੱਥੇ ਲੌਕ ਲੱਗਿਆ ਹੋਇਆ ਹੈਗਾ, ਅਤੇ ਇੱਥੇ ਜਿਹੜੀ ਵੀ ਕਮੇਟੀ ਬਣੀ ਹੋਈ ਆ ਉਹਨਾਂ ਨੂੰ ਚਾਹੀਦਾ ਵੀ ਇੱਥੇ ਇੱਕ ਅੱਧਾ ਜਾਣਾ ਹੋਵੇ, ਕਿਉਂ ਮੇਰੇ ਵਾਂਗੂ ਹੋਰ ਪਤਾ ਨਹੀਂ ਕਾਫੀ ਕਿੰਨੇ ਕੁ ਜਾਣੇ ਮੁੜੇ ਹੋਣਗੇ। ਇਹਦਾ ਇੱਕ ਸਬੂਤ ਦਿਖਾਉਣਾ ਤੁਹਾਨੂੰ, ਆ ਪਹੀ ਦੇ ਉੱਤੇ ਗੱਡੀਆਂ ਅਤੇ ਮੋਟਰਸਾਈਕਲਾਂ ਦੇ ਨਿਸ਼ਾਨ ਦੇਖੋ, ਕਿਉਂ ਜਿੱਦਾਂ ਅਸੀਂ ਆਏ ਹਾਂ ਹੋਰ ਕਾਫੀ ਜਾਣੇ ਵੀ ਆਏ ਹੋਣਗੇ ਟੱਲੇ ਦੇ ਦਰਸ਼ਨ ਕਰਨ, ਕਿਉਂ ਇੱਥੋਂ ਸਾਰੇ ਮੁੜਦੇ ਨੇ, ਇੱਥੋਂ ਨਿਰਾਸ਼ ਹੋ ਕੇ ਮੁੜਦੇ ਨੇ। ਕਾਰਨ ਕੀ ਆ ਵੀ ਇੱਥੇ ਲੌਕ ਲੱਗਿਆ ਹੋਇਆ ਹੈਗਾ। ਅਤੇ ਵੀਡੀਓ ਨੂੰ ਇੰਨੀ ਕੁ ਸ਼ੇਅਰ ਕਰ ਦਿਓ ਵੀ ਜਿਹੜੇ ਚੇਲੇ ਸੀਗੇ ਕੁਲਦੀਪ ਮਾਣਕ ਜੀ ਦੇ, ਜੈਜੀ ਵੀ, ਅਤੇ ਉਹਨਾਂ ਦੇ ਪੁੱਤਰ ਯੁੱਧਵੀਰ ਮਾਣਕ ਤੱਕ ਜ਼ਰੂਰ ਪਹੁੰਚ ਜੇ, ਅਤੇ ਉਹ ਕਮੇਟੀ ਤੱਕ ਜ਼ਰੂਰ ਪਹੁੰਚ ਜੇ ਜਿਹੜੀ ਇੱਥੇ ਕੋਈ ਕਮੇਟੀ ਬਣੀ ਹੋਈ ਆ। ਕਿਉਂਕਿ ਜਿਹੜਾ ਵੀ ਇੱਥੇ ਕੋਈ ਆਉਂਦਾ ਹੈਗਾ ਮਤਲਬ ਇਹਨਾਂ ਦੇ ਟੱਲੇ ਨੂੰ ਦੇਖਣ ਆਉਂਦਾ ਆ, ਵੀ ਇੱਥੋਂ ਨਿਰਾਸ਼ ਹੋ ਕੇ ਨਾ ਮੁੜਨ। ਕਿਉਂ ਇੱਧਰ ਇੱਕ ਕਮਰਾ ਵੀ ਬਣਿਆ ਹੋਇਆ ਹੈਗਾ, ਮੈਂ ਸੁਣਿਆ ਹੈਗਾ ਵੀ ਕਹਿੰਦੇ ਹੁੰਦੇ ਸੀ ਵੀ ਇੱਥੇ ਕੁਲਦੀਪ ਮਾਣਕ ਜੀ ਦੇ ਜਿਹੜੇ ਨਾਲ ਰਿਲੇਟਡ ਚੀਜ਼ਾਂ ਵੀ ਹੋਣਗੀਆਂ, ਪਰ ਦੇਖਣ ਦਾ ਤਾਂ ਫਾਇਦਾ ਹੈਗਾ ਜੇ ਇੱਥੇ ਲੌਕ ਖੁੱਲ੍ਹਾ ਹੋਊਗਾ। ਵੀਡੀਓ ਇੰਨੀ ਕੁ ਸ਼ੇਅਰ ਕਰਨੀ ਵੀ ਉਹਨਾਂ ਤੱਕ ਜ਼ਰੂਰ ਪਹੁੰਚ ਜੇ, ਜੈਜੀਬੀ ਤੱਕ ਅਤੇ ਯੁੱਧਵੀਰ ਮਾਣਕ ਤੱਕ, ਅਤੇ ਜਿਹੜੀ ਵੀ ਇੱਥੇ ਕੋਈ ਕਮੇਟੀ ਬਣੀ ਹੋਈ ਆ। ਵੈਸੇ ਤੁਹਾਨੂੰ ਥੋੜ੍ਹਾ ਜਿਹਾ ਦਿਖਾ ਦੇਣੇ, ਉਹ ਸਾਹਮਣੇ ਜਿਹੜੀ ਸਮਾਧ ਬਣੀ ਹੋਈ ਆ ਉਹ ਕੁਲਦੀਪ ਮਾਣਕ ਜੀ ਦਾ ਟੱਲਾ। ਅਤੇ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਨਾ, ਅਤੇ ਬਾਕੀ ਤੁਹਾਨੂੰ ਐਂਡ 'ਤੇ ਰਾਹ ਵੀ ਦਿਖਾਉਣੇ ਆ ਵੀ ਕਿੱਥੋਂ ਕਿੱਧਰ ਨੂੰ ਹੈ। ਅਤੇ ਧੰਨਵਾਦ, ਮਿਹਰਬਾਨੀ ਜੀ। ਹਾਂਜੀ, ਅਤੇ ਆਹ ਸਾਈਡ ਆ ਲੁਧਿਆਣਾ, ਅਤੇ ਜਦੋਂ ਮਤਲਬ ਰੈਕੋਟ, ਇੱਧਰ ਹੈ ਬਰਨਾਲਾ। ਬਰਨਾਲੇ ਤੋਂ ਜਦੋਂ ਆਪਾਂ ਰੈਕੋਟ ਨੂੰ ਜਾਂਦੇ ਹਾਂ, ਰਾਸਤੇ ਦੇ ਵਿੱਚ ਤੁਹਾਨੂੰ ਇੱਦਾਂ ਦਾ ਬੋਰਡ ਲੱਗਿਆ ਮਿਲੂਗਾ ਜਿਹਦੇ ਉੱਤੇ ਲਿਖਿਆ ਹੋਇਆ ਪੰਜਾਬੀ ਸੱਭਿਆਚਾਰ ਦੇ ਮਹਾਨ ਸਪੂਤ ਕਲੀਆਂ ਦੇ ਬਾਦਸ਼ਾਹ ਸ਼੍ਰੀ ਕੁਲਦੀਪ ਮਾਣਕ ਜੀ ਦੀ ਯਾਦਗਾਰ ਟੱਲਾ ਮਾਣਕ ਦਾ। ਅਤੇ ਇੱਥੋਂ ਥੋੜ੍ਹਾ ਜਿਹਾ ਰਾਸਤਾ ਜਿਹੜਾ ਅੱਗੇ ਤੁਹਾਨੂੰ ਕੱਚਾ ਰਾਸਤਾ ਜਾਂਦਾ ਹੈਗਾ, ਅਤੇ ਉੱਥੇ ਬਣਿਆ ਹੋਇਆ ਹੈਗਾ। ਅਤੇ ਪਹਿਲਾਂ ਤੁਸੀਂ ਵੀਡੀਓ ਪਿੱਛੇ ਦੇਖ ਹੀ ਲਈ ਸਾਰੀ, ਅਤੇ ਇੱਥੋਂ ਸੜਕ ਦੇ ਮੇਨ ਸੜਕ ਦੇ ਉੱਪਰ ਹੁੰਦੀ ਥੋੜ੍ਹਾ ਜਿਹਾ ਕੱਚਾ ਰਾਸਤਾ ਜਾਂਦਾ ਆ, ਅਤੇ ਉੱਥੇ ਬਣਿਆ ਹੋਇਆ ਹੈਗਾ ਟੱਲਾ ਮਾਣਕ ਦਾ, ਪਿੰਡ ਜਲਾਲ ਦੀਵਾਲ, ਜ਼ਿਲ੍ਹਾ ਲੁਧਿਆਣਾ। ਅਤੇ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਨਾ ਜੀ।